ਇਹਨਾਂ ਨੂੰ ਪੜ੍ਹਾ ਲਈਏ, ਆ ਜਵਾਬ ਬੈਠੇ ਨੇ, ਇਹਨਾਂ ਨੂੰ ਪੜ੍ਹਾ ਲਈਏ, ਸਰਕਾਰੀ ਸਕੂਲ ਸ਼ਾਨਦਾਰ ਬਣਾ ਲਈਏ, ਗਰੀਬਾਂ ਦੇ ਬੱਚੇ ਪੜ੍ਹ ਜਾਣ, ਅਫਸਰ ਲੱਗ ਜਾਣ। ਇਹ ਚੱਕਣਗੇ ਘਰਾਂ ਦੀਆਂ ਗਰੀਬੀਆਂ, ਇਹ ਕਿਸੇ ਮੋਦੀ ਵਾਲੇ 15 ਲੱਖ ਨਾਲ, ਇਹ ਕਿਸੇ ਰਾਹੁਲ ਗਾਂਧੀ ਵਾਲੇ 70,000 ਨਾਲ ਗਰੀਬੀਆਂ ਚੱਕੀ ਜਾਣੀਆਂ, ਇਹਨਾਂ ਨੂੰ ਪਾਉਣਾ ਪੈਣਾ। ਹੋਰ ਕੋਈ ਚਾਰਾ ਨਹੀਂ ਹੈਗਾ। ਪੜ੍ਹਾਈ ਦੇ ਦਿੱਤੋ ਸਰਕਾਰੀ ਸਕੂਲ ਦਾ ਬੰਦ ਕਰਨ ਲੱਗ ਗਏ, ਛੱਤਾਂ ਡਿੱਗੀ ਜਾਂਦੀਆਂ ਉਹਨਾਂ ਦੀਆਂ, ਫਰਨੀਚਰ ਨਹੀਂ ਹੈਗਾ, ਬੈਠਣ ਨੂੰ ਬੈਂਚ ਹੈ ਨਹੀਂ, ਪੀਣ ਨੂੰ ਪਾਣੀ ਹੈ ਨਹੀਂ, ਵਰਦੀਆਂ ਹੈ ਨਹੀਂ। ਸਰਕਾਰੀ ਸਕੂਲਾਂ ਚ ਐਂ ਕਿਹਾ ਹੋਇਆ ਬੱਚਿਆਂ ਨੂੰ, ਕਹਿੰਦੇ ਵੀ ਕਾਪੀ ਤੇ ਪਹਿਲੇ ਵਾਲੇ ਭੁੱਲ ਆਇਓ, ਕੌੜੀ ਦੀ ਚਮਚਰ ਭੁੱਲ ਕੇ ਆਇਓ, ਤਾਈਆਂ ਖੋਣ ਵਾਲੀਆਂ ਬਿਲਡਿੰਗਾਂ ਬਣ ਗਈਆਂ, ਫਿਰ ਗੱਜ ਲੱਗ ਜਾਣਗੇ ਸਰਕਾਰੀ ਸਕੂਲਾਂ ਦੇ। ਅੱਠਵੀਂ ਤੱਕ ਕਿਤੇ ਫੇਲ ਹੀ ਨਾ ਕਰੋ, ਪਤਾ ਹੀ ਲੱਗਦਾ ਬੱਚੇ ਦਾ ਕਿਹੜੇ ਸਬਜੈਕਟ ਚ ਕਮਜ਼ੋਰ ਹੈ, ਕਿਹੜੇ ਹੁਸ਼ਿਆਰ ਹੈ। ਨੌਵੀਂ ਸਾਰਿਆਂ ਦੇ ਬੋਰਡ ਦੇ ਪੇਪਰ 90% ਫੇਲ ਹੋ ਜਾਂਦੇ, ਨੌਵੀਂ ਚੋਂ ਕਹਿੰਦੇ ਆ ਜਾਓ ਹੁਣ 8-10 ਸਕੀਮ ਚ ਆ ਰਹੀ, ਤੁਸੀਂ ਆ ਜਾਓ, ਸਾਰੀ ਉਮਰ ਤੁਹਾਨੂੰ ਇੱਥੇ ਹੀ ਵਾਪਸ। ਔਰ ਦਿੱਲੀ ਚ ਕਿਵੇਂ ਕਰਦਾ? ਅਰਵਿੰਦ ਕੇਜਰੀਵਾਲ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਮਰੀ ਨਾਲ ਵਧੀਆ ਕਰਤੀ, ਲੋਕ ਫੋਟੋ ਖਿਚਾਉਣ ਆਉਂਦੇ ਆ ਸਕੂਲਾਂ ਚ, ਵੀ ਸਕੂਲ ਦੇਖ ਰਹੇ ਸੀ, ਜੋ 70 ਸਾਲ ਤੋਂ ਨਹੀਂ ਕਰ ਸਕਿਆ ਨਾ ਕੋਈ ਸਰਕਾਰ। ਅਰਵਿੰਦ ਕੇਜਰੀਵਾਲ ਨੇ ਇਸ ਗੱਲ ਤੇ ਸ਼ਾਬਾਸ਼ ਉਸ ਬੰਦੇ ਨੂੰ ਮਿਲ ਗਿਆ ਕਿ ਉਹਨੇ ਜੱਜ ਦਾ ਬੱਚਾ, ਡੀਸੀ ਦਾ ਬੱਚਾ ਤੇ ਝੁੱਗੀਆਂ ਝੋਪੜੀਆਂ ਵਾਲੇ ਰਿਕਸ਼ਾ ਦਾ ਬੱਚਾ ਇੱਕੋ ਬੈਂਚ ਤੇ ਰਹਿ ਕੇ ਪੜ੍ਹ ਲਾਤੇ। ਆਪਾਂ ਸੋਚ ਸਕਦੇ ਹਾਂ ਡੀਸੀ ਦੇ ਬੱਚੇ ਨੇ ਆਪਣਾ ਬੱਚਾ ਪੜ੍ਹ ਲੂ, ਸੋਚ ਸਕਦੇ ਹਾਂ ਜਿਸ ਦੇ ਬੱਚੇ ਨੇ ਆਪਣਾ ਬੱਚਾ ਪੜ੍ਹ ਲੂ, ਜਾ ਕੇ ਦਿੱਲੀ ਇੱਕ ਪੜ੍ਹ ਲੂ, ਜੇ ਨੀਤ ਸਾਫ਼ ਹੋਵੇ। ਇੱਥੇ ਹੁਣ ਨਵਾਂ ਫੜਾ ਜਾਰੀ ਕਰਤਾ, ਉਹ ਦਿੱਲੀ ਦੇ ਸਕੂਲਾਂ ਚ ਲੋਕੋ ਏਸੀ ਲੱਗੇ ਹੋਏ ਨੇ, ਸਵਿਮਿੰਗ ਪੂਲ ਬਣ ਗਏ, ਇੱਥੇ 500 ਲੋਕ ਨਵਾਂ ਫੜਾ ਜਾਰੀ ਕਰਤਾ ਸਰਕਾਰ ਸਰਕਾਰ ਦੇ ਹੈੱਡ ਡਾਕਟਰਾਂ ਨੂੰ, ਕਹਿੰਦੇ 300 ਰੁਪਏ ਤੋਂ ਵੱਧ ਮਿਲਾਇਆ ਵੀ ਜੇਬ ਤੋਂ ਕੋਲ ਲੱਗੂ, ਪੱਖੇ ਬੰਦ ਕਰ ਦੋ, ਲੈ ਪੱਖੇ ਵੀ ਜਵਾਕਾਂ ਨੂੰ ਕਰ ਨਹੀਂ ਮਾਰਨ ਦੇ ਹੱਦ ਆ ਯਾਰ। ਜਿਹੜਾ ਆਉਂਦਾ ਖਜ਼ਾਨਾ ਖਾਲੀ, ਪਹਿਲਾਂ ਕਰ ਲੈਂਦੇ ਬਾਹਰੇ, ਬਾਅਦ ਚ ਪਹਿਲੀ ਵਾਰ ਬਿਆਨ ਆਉਂਦਾ ਖਜ਼ਾਨਾ ਖਾਲੀ, ਮੈਂ ਜਿਹੜਾ ਹੀ ਖਾਲੀ ਨੂੰ ਖਜ਼ਾਨਾ ਕੁੱਝ ਨਾ ਪੀਪਾ ਕਹੋ ਨੂੰ, ਇਹ ਤਾਂ ਹੀ ਉਸ ਤੋਂ ਕਹਾਂ ਖਜ਼ਾਨੇ ਖਜ਼ਾਨਾ ਖਾਲੀ ਕੀਤਾ ਕਿ ਨਹੀਂ ਹੈਗੀ। ਜ਼ਿਆਦਾ ਸਾਨੂੰ ਘਰ ਘਰ ਨੌਕਰੀਆਂ ਮਿਲ ਗਈਆਂ, ਹੋਰ ਉਹ ਤਨਖਾਹ ਨਾਲ ਖਜ਼ਾਨਾ ਖਾਲੀ ਹੋ ਜਾਏ ਮੰਨ ਜਾਂਗੇ, ਸਾਡਾ ਸਾਰਾ ਕਰਜ਼ਾ ਬੈਂਕਾਂ ਨਾਲ ਵੀ ਇਹਨਾਂ ਮਾਫ਼ ਕਰਤਾ ਹੋਏ, ਉਹਦੇ ਨਾਲ ਖਜ਼ਾਨਾ ਖਾਲੀ ਹੋਇਆ ਹੋਇਆ ਮੰਨ ਜਾਂਗੇ, ਸਾਨੂੰ ਸਮਾਰਟ ਫੋਨ ਦੇ ਤੇ ਹੁਣ ਉਹਦੇ ਨਾਲ ਖਜ਼ਾਨਾ ਖਾਲੀ ਹੋਇਆ ਹੋਇਆ ਮੰਨ ਜਾਂਗੇ, ਸਾਨੂੰ 5-5 ਮਰਲਿਆਂ ਦੇ ਗਰੀਬਾਂ ਨੂੰ ਪਲਾਟ ਦੇ ਤੇ ਹੁਣ ਉਹਦੇ ਨਾਲ ਖਜ਼ਾਨਾ ਖਾਲੀ ਹੋਇਆ ਹੋਇਆ ਮੰਨ ਜਾਂਗੇ, ਸਾਨੂੰ 55,000 ਰੁਪਏ ਸ਼ਗਨ ਸਕੀਮ ਦਾ ਮਿਲਣ ਲੱਗ ਗਿਆ ਹੋਵੇ, ਉਹਦੇ ਨਾਲ ਖਜ਼ਾਨਾ ਖਾਲੀ ਹੋਇਆ ਹੋਇਆ ਮੰਨ ਜਾਂਗੇ। ਯਾਰ ਸਾਨੂੰ ਤਾਂ ਕੁਝ ਮਿਲਿਆ ਨਹੀਂ, ਪਰ ਖਜ਼ਾਨਾ ਖਾਲੀ ਕਿਹਨੇ ਕੀਤਾ? ਜਦੋਂ ਆਪਦੀਆਂ ਕੈਮਰੀਆਂ ਲੈਣੀਆਂ ਹੁੰਦੀਆਂ ਨੇ, ਆਪਦੇ ਹੈਲੀਕਾਪਟਰ ਲੈਣੇ ਹੁੰਦੇ ਨੇ, ਆਪਦੀਆਂ ਤਨਖਾਹਾਂ ਬਣਾਉਣੀਆਂ ਹੁੰਦੀਆਂ ਨੇ, ਉਦੋਂ ਖਜ਼ਾਨੇ 'ਚ ਪੈਸੇ ਕਿੱਥੋਂ ਦੇਣੇ ਨੇ? ਲੋਕਾਂ ਦਾ ਖਜ਼ਾਨਾ ਖਾਲੀ ਗੱਲ ਨੂੰ ਪਾ ਤੂੰ ਇਤਿਹਾਸ ਜੋੜ ਕੇ ਦੇਖ ਲਓ, ਉਹਨਾਂ ਦਾ ਨਾਸ ਹੋ ਗਿਆ, ਆ ਸਜ਼ਾ ਮਿਲਣੀ ਸ਼ੁਰੂ ਹੋ ਗਈ,
ਕਿਉਂਕਿ ਉਹ ਰੱਬ ਦੀ ਸੋਟੀ ਜਦੋਂ ਚੱਲਦੀ ਹੈ ਖੜਕਾ ਨਹੀਂ ਹੁੰਦਾ, ਆਹ ਸਜਾ ਹੀ ਹੈ। ਦੂੜ ਮਹੀਨੇ ਕੋਲ ਸੁਖਬੀਰ ਬਾਦਲ ਜਿਹੜਾ ਕਹਿ ਸੀ ਰਾਜ ਕਰਾਂਗੇ 25 ਸਾਲ, ਆਪਦੀ ਗੱਡੀ 'ਚ 10 ਟਿਕਟਾਂ ਕਰਕੇ ਨਾ ਲੋਕ ਸਭਾ ਦੀਆਂ ਪੰਜਾਬ ਦੀਆਂ ਸੜਕਾਂ 'ਤੇ ਸਬਜ਼ੀ ਵਾਲਿਆਂ ਨੂੰ ਮੌਕਾ ਦਿੰਦਾ ਮਿਲਣ 'ਚ, ਕੋਈ ਅਕਾਲੀ ਦਲ ਦੀ ਟਿਕਟ ਲੈ ਲਓ। ਜਥੇਦਾਰ ਕੁੰਡੇ ਬੰਦ ਕਰਦੇ ਸੀ ਕਹਿੰਦੇ ਅਖਬਾਰ ਵਾਂਗੂ ਚੋਰੀ ਨੇ ਸੜੀ ਚੱਕਦੇ ਨੇ, ਸਾਨੂੰ ਸਿਆਪਾ ਪਊਗਾ ਤੇ ਤੂੰ ਤਾਂ ਇਹਨਾਂ ਦੀਆਂ ਨੇ ਗਾਲਾਂ ਸਾਨੂੰ ਕਹਿਣਗੀਆਂ। ਉਹ ਇੱਕ ਜਥੇਦਾਰ ਮੈਨੂੰ ਜਾਣਦਾ ਕਹਿੰਦੇ ਮਾਨ ਸਾਹਿਬ ਮੇਰਾ ਨਾਮ ਲੈ ਚੱਲਦਾ ਸੀ ਗੇਟ 'ਚ, ਮੈਂ ਤੁਹਾਡਾ ਭਾਸ਼ਣ ਸੁਣ ਕੇ ਉਹ ਤੋਂ ਬਾਅਦ ਮੈਂ ਸਾਡੇ ਗੇਟ ਦੇ ਥੱਲੇ ਪਿੰਡ 'ਚ ਸੀ ਉਹ 'ਚ ਵੀ ਕੱਪੜਾ ਲਾ ਲਿਆ, ਖਿੱਲਾਂ ਖਾਣ ਨੂੰ ਪਾਂਡਰੀ ਡੰਡੇ ਖਾਣ ਨੂੰ ਵਿੱਚ ਤੇ ਤੂੰ ਤਾਂ ਇਹਨਾਂ ਦੀਆਂ ਨੇ। ਇਹ ਸਜ਼ਾ ਹੀ ਹੈ, ਸਜ਼ਾ ਹੀ ਹੈ, ਸਜ਼ਾ ਹੀ ਹੈ। 95 ਸਾਲ ਦਾ ਬਜ਼ੁਰਗ, 5 ਵਾਰ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹ ਬਣ ਸਕਦੀ ਨੇ ਪਹਿਲਾਂ ਵਿਆਹ ਬਣੂ ਕੇ ਨਾ ਅਕਾਲ ਤਖ਼ਤ ਸਾਹਿਬ ਤੇ ਲੈ ਗਏ ਬਿਨਾਂ ਬੁਲਾਏ। ਉਹ ਪਤੀ ਜੇ ਸਾਲੇ ਸੀ ਜੇ ਸਾਰੇ ਇਕੱਠੇ ਉੱਤਰ ਪਏ ਸੀ, ਕਹਿੰਦੇ ਬਾਪੂ ਗਾਲਾਂ ਕੱਢੀ ਜਾਂਦੇ ਲੋਕ ਦੋੜੇ ਜੂੜੇ ਜਿੱਥੇ ਜਾ ਕੇ ਸਾਫ਼ ਕਰਕੇ ਦੇਖ ਲਈਏ ਜੇ ਗੱਲ ਬਣ ਗਈ, ਉੱਥੇ ਵੀ ਮਜ਼ਾਕ ਹੀ ਉੱਡਿਆ। ਕਿਉਂਕਿ ਨਾ ਤੁਸਾਂ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਉਹ ਸੁਖਬੀਰ ਬਾਦਲ ਪਤਾ ਨਹੀਂ ਕੀ ਖਾ ਕੇ ਬੈਠਾ ਸੀ, ਲੋਕਾਂ ਨੇ ਚੱਪਲ ਚੱਪਲ ਦੇ ਪਾਲ ਛੁੱਟ ਰਿਹਾ। ਉਹ ਇੱਕ ਦੇ ਸਪੋਰਟ ਸ਼ੂ ਸੀ ਚਿੱਟੇ ਰੰਗ ਦੇ, ਉਹਦੇ 'ਚ ਕਾਲੀ ਪਾਸ਼ ਕਰਤੀ, ਉਹ ਮੁੰਡਾ ਗਾਲਾਂ ਕੱਢੀ ਜਾਂਦੇ ਤੁਹਾਡਾ ਕੱਖ ਲਾ ਕੇ ਮੇਰੇ ਬੂਟ ਖਰਾਬ ਕਰਕੇ ਤੁਸੀਂ, ਉਹ ਬੂਟ ਹੀ ਛੱਡ ਗਿਆ ਉੱਥੇ, ਕਹਿੰਦਾ ਮੈਂ ਨਹੀਂ ਪਾਉਂਦਾ। ਉਹ ਤੁਹਾਡੇ ਹੱਥ ਲੱਗੇ ਹੋਏ ਲੋਕ ਬੂਟ ਨਹੀਂ ਪਾਉਂਦੇ, ਤੁਸੀਂ ਬੂਟ ਪਾਉਂਦੇ ਹੋ ਉਹਨਾਂ ਤੋਂ। ਵੀਰੋ ਇੱਕ ਬਜ਼ੁਰਗ ਮੇਰੇ ਕੋਲ ਰੋ ਪਿਆ ਸੀ, ਮੈਨੂੰ ਜਿਹਦੇ 'ਚ ਮੈਂ ਇੱਕ ਪਿੰਡ 'ਚ ਪਿਆ ਸੀ, ਕਹਿੰਦਾ ਪੇਪਰ 40 ਸਾਲ ਤੋਂ ਖਾਲੀ ਆ। ਉਹ ਬਾਬੇ ਨਾਨਕੀ ਤੱਕੜੀ ਸਮਝ ਕੇ ਬੋਟਾਂ ਪਾਉਂਦੇ ਰਹੇ ਇਹਨਾਂ ਨੂੰ, ਕਹਿੰਦਾ ਦਿਲ ਉਦੋਂ ਟੁੱਟ ਗਿਆ ਪਾਪਾ ਜਦੋਂ ਉਸੇ ਤਹਾਨਸ ਦੀ ਬਾਣੀ ਇਹਨਾਂ ਨੇ ਗੱਲਾਂ 'ਚ ਬੋਲਤੀ ਰੋੜੀਆਂ 'ਚ। ਕਹਿੰਦਾ ਪੁੱਤਰ ਤੂੰ ਕਹਿ ਲਿਆ ਕਰ ਲੋਕਾਂ ਨੂੰ, ਰੱਬ ਦਾ ਜਨ ਆ ਰਿਹਾ ਕਿਤੇ ਕਿਤੇ, ਮੇਰਾ ਤਾਂ ਸਿਹਤ ਠੀਕ ਨਹੀਂ, ਕਿ ਅਕਾਲੀ ਦਲ ਨੂੰ ਵੋਟ ਪਾਉਣੀ ਗੁਰੂ ਸਾਹਿਬ ਜੀ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ। ਜੇ ਆਪਾਂ ਬੇਅਦਬੀ ਦੇ ਦੋਸ਼ੀਆਂ ਦੇ ਹੱਕ 'ਚ ਭੁਗਤਦੇ ਹਾਂ, ਇਹਦਾ ਮਤਲਬ ਆ ਬੇਅਦਬੀ ਦੇ ਹੱਕ 'ਚ ਆ, ਭਾਵੇਂ ਸਾਨੂੰ ਵੀ ਨਾ ਪਾਓ ਪਰ ਇਹਨਾਂ ਨੂੰ ਨਾ ਪਾਏਗਾ। ਪਤਾ ਲੱਗੇ ਨਾ ਆਹੀ ਮਾਰਾਂ ਨੇ ਗੁਰਦੀਆਂ, ਹੌਸਲਾ ਉਹੀ ਦੇਊਗਾ ਤੁਹਾਨੂੰ। ਗੱਲ ਕੀ ਬਾਤ ਨਹੀਂ, ਜਿਹੜਾ ਉੱਠਦਾ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ, ਕੈਪਟਨ ਨੂੰ ਪੁੱਛ ਲਓ, ਬਾਦਲ ਨੂੰ ਪੁੱਛ ਲਓ, ਨਵੀਂ ਸ਼ਾਹ ਨੂੰ ਪੁੱਛ ਲਓ, ਭੁੱਖੇ ਕੱਪੀ ਨੂੰ ਪੁੱਛ ਲਓ, ਵਜੀਠੀਏ ਨੂੰ ਪੁੱਛ ਲਓ, ਢੀਂਸੇ ਨੂੰ, ਮਲੂਕੇ ਨੂੰ, ਸਿੰਗਲੇ ਨੂੰ, ਢਿੱਲੋ ਨੂੰ, ਭੱਠਲ ਨੂੰ, ਵੋਟਾਂ ਦਾ ਕੀ ਪ੍ਰੋਬਲਮ ਹੈ, ਇਹਦੇ ਤਿਆਰੀਆਂ ਜੀ ਭੁਆਤਮਾ ਨੇ ਖਲਾਉਣਾ, ਮੈਂ ਕਦੇ ਸੰਗਰੂਰ 'ਚ ਬਹਿਣਗੀਆਂ ਕੀ ਭਗਵੰਤ ਮਾਨ ਹਰਾਉਣਾ, ਸੁਪਨੇ 'ਚ ਵੀ ਦਿਲ ਲਾਉਂਗਾ ਇਹਨੂੰ, ਭਗਵੰਤ ਮਾਨ ਨਹੀਂ ਹਰਾਉਣਾ। ਉਹ ਲੋਕ ਜਿਹੜੀ ਤੁਹਾਡੀ ਆਵਾਜ਼ ਪਾਰਲੀਮੈਂਟ 'ਚ ਪਹੁੰਚ ਗਈ ਉਹ ਹਰਾਉਣੀ, ਇਹਨਾਂ ਨੇ ਉਹ ਹਰਾਉਣੀ ਹੈ। ਕਹਿੰਦੇ ਯਾਰ ਹਿਸਾਬ ਦੇਣ ਲੱਗ ਗਿਆ ਤਾਂ ਆ ਪਿਆ ਹਿਸਾਬ, ਆ ਦੋ ਕਿਸੇ ਵਿਅਕਤੀ ਨੇ ਇੰਡੀਆ ਜੀ ਬਣਾਇਆ ਹੋਇਆ ਹੈ ਰਿਪੋਰਟ ਕਾਰਡ, ਆ ਪਿਆ ਜੀ 1 ਰੁਪਈਏ ਦਾ ਹਿਸਾਬ ਪਿਆ, ਆ ਮੈਂ ਤੁਹਾਨੂੰ ਭਰਾ ਕੇ ਲਾਉਂਗਾ, 25 ਕਰੋੜ ਲੈਂਦਾ 5 ਸਾਲ ਦਾ ਹੈਗਾ ਤਾਂ ਘੱਟ ਹੈ, ਕੋਈ ਗੱਲ ਨਹੀਂ 25 ਕਰੋੜ, 1,01,24,000 ਦਾ ਵਿਆਜ, ਕਦੋਂ ਜਾਪਤਾ ਲੱਗ ਜਾਂਦਾ 2-2 ਮਹੀਨੇ ਪੈਸਾ ਖੜ ਜਾਂਦਾ, ਵਿਆਜ ਤਾਂ ਲੱਗਦਾ ਨਾ। ਮੈਂ ਕਹਿੰਦੀ ਪੈਸਾ ਜਾਂਦਾ ਤਾਂ ਨਹੀਂ, ਵਿਆਜ ਵੀ ਜਾਂਦਾ ਲੈ, ਇਹ ਵੀ ਜ਼ੋਰ ਪੁੱਛੀ, 60 ਲੱਖ ਰੁਪਇਆ ਪੁਰਾਣਾ ਆਂਟੀ ਜਿੰਦਰ ਸਿੰਘਲਾ ਉਹ ਬਿਨਾਂ ਬੰਦੇ ਛੱਡ ਗਿਆ ਸੀ, ਮੈਂ ਤੇਰੇ ਕੋਲ ਟਾਈਮ ਨਹੀਂ ਹੋਣਾ ਮੈਨੂੰ ਬੁਲਾ ਲਿਆ। 26,61,24,000 ਦਾ ਪਿਆ, ਕਿੱਥੇ ਸਕੂਲਾਂ 'ਤੇ ਲੱਗਿਆ, ਕਿੱਥੇ ਖੇਡਾਂ 'ਤੇ ਲੱਗਿਆ। ਮੈਂ ਤਾਂ ਲੱਗਤਾ ਚਲਤਾ ਤੇ ਨਹੀਂ ਹੋਰ ਰੱਖਿਆ, ਮੈਂ ਇਸ ਖਾਲ ਚੋਂ ਖੱਟ ਨਹੀਂ ਪੈਣ ਦਿੰਦਾ, 5 ਗਲੀਆਂ ਦਾ ਮੈਂ ਖਾਲ ਤੇ ਗੇੜਾ ਬੈਠਾ। ਇਹ ਕਾਲੀ ਕੰਗ ਸੀ, ਆਪਣੇ ਕਈ ਖੱਟ ਵੀ ਨਹੀਂ ਪੈਣ ਦਿੰਦੇ, ਉਹ ਲੱਕਾ ਹੀ ਜ਼ਿਆਦਾ ਤੈਨੂੰ ਕੱਟ ਰੱਖਿਆ, ਉਹ ਖਾਲ ਨਹੀਂ ਦਿੰਦੇ ਅੰਦਰ ਲਾਉਣੀ ਪੈ, ਪਾਣੀ ਪਤਾ ਜਦੋਂ ਵੀ ਨਹੀਂ ਜਾਂਦੇ। ਜੋ ਆਪਾਂ ਰਵਾਉਂਦੇ ਹਾਂ ਆਪਾਂ ਖੇਤ ਪਾਣੀ ਲਾਉਂਦੇ ਹਾਂ, ਖਾਲ ਚੋਂ ਖੱਟ ਪੈ ਜੇ ਬਾਹਰ ਮੱਡੀ ਮਾਰ ਕੇ ਖੱਟ ਵੱਲ ਹੁੰਦੀ ਹੈ, ਭ੍ਰਿਸ਼ਟਾਚਾਰੀਆਂ ਕਮਿਸ਼ਨਾਂ ਦੀਆਂ 5 ਗਲੀਆਂ ਤੱਕ ਤਾਂ ਖਾਲ ਹੀ ਮਰ ਜਾਂਦਾ ਆਉਂਦੇ ਆਉਂਦੇ, ਆਪਾਂ ਤਾਂ ਕੰਨੀ ਦੇ ਪਿਆਰੇ ਵਾਂਗੂ ਸੁੱਕੇ ਹੀ ਰਹਿ ਜਾਂਦੇ ਹਾਂ। ਉਹ ਜਨਤਾ ਕੋਲ ਇੱਕ ਮੌਕਾ ਆਉਂਦਾ ਅੰਦਰ ਅੱਗੇ ਮਾਰਨ ਦਾ 5 ਸਾਲਾਂ ਬਾਅਦ, 19 ਮਈ ਨੂੰ ਤੁਹਾਡੇ ਕੋਲ ਮੌਕਾ ਹੈ, ਅੜਕੀ ਤੜਕੀ ਜਾਇਓ ਕੋਲੇ ਵੀ ਲੱਗਿਆ ਹੋਊ, ਕੋਲੇ ਜੇ 'ਚ ਮਸ਼ੀਨ ਪਈ ਹੋਊ,
ਆਹ ਉੱਠੇ ਨਾ ਅੱਗੇ ਸਮਝੋ ਕਿ ਉਹ ਮਾਂ ਦੇ ਵੀ ਅਸਲੇ ਬਸ ਆਹ ਉੱਠੇ ਨਾ ਚਾਹ ਮਿਲਾ ਪਾਣ ਦਾ ਉੱਤੇ ਨਾ ਕਿ ਚੀਚੀ ਮੱਟ ਕੇ ਬੈਠੋ ਆਹ ਮਾਰ ਕੇ ਹੋਏ ਅੰਦਰ ਅੱਤੀ ਅੱਗੇ ਸਾਡਾ ਕੰਮ ਹੈ ਹਾਂ ਤੈਨੂੰ ਮਾਂ ਪਾਣੀ ਵਧੂ ਹੁਣ ਹੁਣ ਤਾਂ 5 ਕਰੋੜ ਮਿਲਦਾ ਜਿਹੜੇ ਹੋਰ ਸੁਣੇ ਜਾਣਗੇ ਤੇਈ ਮਿਲ ਹੁਣ 15 ਕਰੋੜ ਮਿਲਦਾ ਜੇ ਸਾਡੇ ਕੋਲ ਤੈਨੂੰ ਕੋਲ ਸਪਲਾਈ ਵਧੂ ਅਗਰ ਤੁਹਾਡੀ ਸਪਲਾਈ ਵੀ ਤੈਨੂੰ ਹੁਣ ਵੱਧ ਹੀ ਪਹੁੰਚੂ ਉਹਦੇ ਨਾਲ ਦੇ ਹਾਂ ਕਰਦੇ ਕੋਈ ਫੂਕ ਪਾਣੀ ਆਹੋ ਕਾਂਗਰਸ ਲੈ ਹੋਰ ਆ ਜਿਹੜੇ ਕਰਦੇ ਹਾਂ ਸੁਣੇ ਹੋਰ ਆਪਣਾ ਲੀਡਰ ਵਾਹਿਆ ਜਾਂਦਾ ਹੈ ਦੋ ਵਾਰੀ ਐਮ ਐਲ ਏ ਹੁਣ ਫਿਰ ਤੋਂ ਲੱਗ ਗਿਆ ਚੋਣ ਕੀ ਕਹਿਣ ਦਿੱਤਾ ਪਰ ਜਦੋਂ ਫਿਰ ਫਰੀ ਕੋਟ ਆਇਆ ਸੀ ਪ੍ਰਚਾਰ ਕਰਨ ਕੀ ਕਹਿੰਦਾ ਕਹਿੰਦਾ ਸਾਨੂੰ ਵੋਟਾਂ ਪਾਓ ਅਸੀਂ ਪੰਜਾਬ 'ਚ ਸ਼ਮਸ਼ਾਨ ਘਾਟ ਇਹੋ ਜਿਹੇ ਸ਼ਾਨਦਾਰ ਬਣਾ ਦਿਆਂਗੇ ਉਹਨਾਂ ਨੂੰ ਦੇਖ ਕੇ ਥੋੜ੍ਹਾ ਆਪ ਹੀ ਮਨ ਨੂੰ ਜੀ ਰਿਹਾ ਉਹ ਪਾਲੋ ਪਾਲੋ ਥੋੜ੍ਹੇ ਥੋੜ੍ਹੇ ਚੋਣ ਫਿਰਦੇ ਆ ਪਾਓ ਵੋਟਾਂ ਕਿਹਾ ਨਾ ਤੂੰ ਤਾਂ ਨਹੀਂ ਬੋਲਦਾ ਨਾ ਹੁਣ ਉਹਦੀ ਜੀ ਉਹਦੇ ਬੋਲਣ ਤਾਂ ਨਹੀਂ ਭਗਵੰਤ ਮਾਨ ਦਾ ਹੱਥ ਉਹ ਜੀਵ ਤਾਂ ਉੱਥੇ ਦੀ ਯਾਰ ਆਹੀ ਤਾਂ ਫਰਕ ਹੈ ਜੀਓ ਇਹ ਕਾਹ ਕਿਸੇ ਕਹਿੰਦੇ ਅਸੀਂ ਸ਼ਮਸ਼ਾਨ ਘਰ ਸ਼ਾਨਦਾਰ ਬਣਾ ਲਾਂਗੇ ਤੁਹਾਡਾ ਮਰਨ ਨੂੰ ਜੀ ਕਰਿਆ ਕਰੂ ਤੇ ਅਸੀਂ ਕਹਿੰਦੇ ਹਾਂ ਅਸੀਂ ਸਕੂਲ ਇੰਨੇ ਸ਼ਾਨਦਾਰ ਬਣਾ ਲਾਂਗੇ ਤੁਹਾਡਾ ਦੁਬਾਰੇ ਪੜ੍ਹਨ ਨੂੰ ਜੀ ਕਰਿਆ ਕਰੂ ਆਹ ਬਾਤ ਆਹ ਮਾਗੀ ਬੋਲੀ ਸ਼ਮਸ਼ਾਨ ਘਰ ਵਾਲਾ ਤੇ ਉਹ ਮੈਨੂੰ ਤਾਂ ਬਠਿੰਡਿਆਂ ਦੇ ਫੋਨ ਆ ਗਏ ਇੱਕ ਬੁੜੇ ਦਾ ਫੋਨ ਆਇਆ ਕਹਿੰਦਾ ਉਹ 80 ਸਾਲ ਦੀ ਉਮਰ ਹੈ ਕਹਿੰਦਾ ਹੈਗਾ ਮਾਨਸਾ ਜ਼ਿਲ੍ਹੇ 'ਚ ਸਾਡੇ ਦਾ ਕਹਿੰਦਾ ਸ਼ਮਸ਼ਾਨ ਘਰ ਟਾਣਾ ਖੜਾ ਕਰਤਾ ਕਹਿੰਦਾ ਮੇਰੀ ਫੌਜ ਸੰਗਰੂਰ ਦੀ ਪੈਸਾ ਸੀ ਕਿਵੇਂ ਨਾ ਕਹਿੰਦੇ ਮੈਂ ਕਿਹਾ ਕੀ ਫੌਜ ਤੋਂ ਇਹਨੂੰ ਹਾਂ ਆਹ ਹਾਲ ਪਹਿਲਾਂ ਦੀ ਉਹ ਵੀਰੋ ਇੰਨੇ ਤੇ ਹਰੀ ਨਹੀਂ ਲੋਕ ਆਹ ਵਿਵਸਥਾ ਅਸੀਂ ਆ ਗਿਆ ਮੈਂ ਉਦੋਂ ਤੁਰ ਕੇ ਆ ਗਿਆ ਅਸੀਂ ਜਾਊਂਗਾ ਉਹ ਮੁੰਡੇ ਮੁੰਡੇ ਸੈਲਫੀਆਂ ਖਿਚਾਉਣਗੇ ਮੁੰਡੇ ਦਾ ਟਰੱਕ ਕੋਈ ਇੱਥੇ ਆਪਸ ਵਾਲੇ ਲੋਕਲ ਨੇ ਆ ਆ ਜਿਹੜੇ ਆ ਗਏ ਜਿਹੜੇ ਇਹ ਕਮਾਂਡੋ ਨੇ ਮੈਂ ਇੰਡੀ ਜੀ ਸਿਖਾਓ ਕਿ ਉਹ ਕਹਿੰਦੇ ਮੈਨੂੰ ਚਾਹੀਦੇ ਨੇ ਕਦੇ ਪ੍ਰੋਟੋਕਾਲ ਹੈ ਦੂਜੇ ਨੇ ਪਹਿਲੇ ਉਹ ਮੈਂ ਕਿਹਾ ਮੈਨੂੰ ਚਾਹੀਦੇ ਨਹੀਂ ਕਦੇ ਜਾਣ ਨਹੀਂ ਬਲਾ ਜੀ ਜਾਣ ਇਹ ਮੁੰਡੇ ਕਹਿੰਦੇ ਅਸੀਂ ਸਸਪੈਂਡ ਹੋ ਜਾਵੇ ਮੈਂ ਕਿਹਾ ਚੱਲ ਜਾਏਗਾ ਉਹ ਕੀ ਕਹਿ ਤੂੰ ਅਸੀਂ ਕੀ ਹੈ ਮੈਂ ਤਾਂ ਪਤੋ ਕਰੀ ਮਾਰਨਾ ਤੇ ਹੁੱਟ ਨਹੀਂ ਮਾਰਨਾ ਤੁਸੀਂ ਬਹੁਤ ਮੇਰੇ ਕੋਲ ਤੇਲ ਮਚਦਾ ਬਾਕੀ ਫਿਰ ਲੈ ਇਹ ਕਹੀ ਗੱਲ ਮੈਨੇ ਇਹ ਮੈਨੂੰ ਬਾਣੇ ਪੈ ਜਾਂਦਾ ਉਹ ਤਾਂ ਚਾਚੂ ਦੇ ਲੋੜ ਦੇ ਭਾਈ ਆ ਹੋਣਾ ਚਾਹੀਦਾ ਉਹ ਅਜਰੀਏ ਸੁਬੀ ਬਾਲਾ ਨੂੰ ਹੈ ਜਾਦਰ ਬਾਲਾ ਕੁੱਪੇ ਆਉਣਗੇ ਜਿਹੜੇ ਥੋੜੇ ਸਾਰੇ ਪਿੰਡ ਦੇ ਸੋਫੀ ਸੁਬੀ ਜਾਣਗੇ ਦੱਸੋ ਸੁਬੀ ਉਹ ਇਹ ਫਰਕ ਹੈ ਨਾ ਅਸੀਂ ਜਾਵਾਂਗੇ ਅਸੀਂ ਆਉਂਦੇ ਆ ਕੇ ਤੇ ਬੜੀ ਸੇਵਾ ਤਾਂ ਦੁਖੀ ਹੈ ਪੰਜਾਬ ਸਾਰਾ ਪਿੱਪਲ ਜਾਂ ਪੱਤਿਆਂ ਦੇ ਕਹਿੰਦੀ ਖਰ 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 ਲਾਈ ਹੈ ਪੱਕ ਚੜ ਗਏ ਪੁਰਾਣੇ ਬਾਦਲ ਸਾਹਿਬ ਰੁੱਤ ਨਵੀਆਂ ਦੀ ਲਾਈ ਹੈ ਉਹ ਪੇਪਰ ਹੈ ਉਹ ਦੇਖੋ ਪੇਪਰ ਆ ਗਏ ਨਾ ਹਾਲੇ ਨਵੇਂ ਇੱਕ ਤਾਂ ਬਾਦਲ ਹੋਣਾ ਉੱਤੇ ਰਿਹਾ ਹੋਇਆ ਉਹ ਕਈਆਂ ਜੀ ਨਿਕਲੀਆਂ ਪਈਆਂ ਕੁਛ ਕੁਸੇ ਜੇ ਥੱਲੇ ਪਏ ਵੱਡੀ ਸੇਵੜੀ ਦਾ ਥੱਲੇ ਆ ਗਏ ਉਹ ਪੀੜੇ 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 ਜੇ ਕੱਲੀ ਪਾਰਟੀ ਦਾ ਹੱਥ ਹੈ ਖੈਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੋਈ ਚਲੋ ਮੇਰੇ ਕਰਕੇ ਸਹੀ ਚੰਦ ਪਲਾਂ ਲਈ ਸਹੀ ਜਿਹੜਾ ਤੁਹਾਡੇ ਮੂੰਹ 'ਤੇ ਹਾਸਾ ਪਾਇਆ ਉਹਦੇ ਹੱਸਣੇ ਹੀ ਭੁੱਲ ਗਏ ਗੌਰਮੈਂਟਾਂ ਨੇ ਮਾਸੇ ਖੋਲ੍ਹੇ ਸਾਡੇ ਸੱਥਾਂ 'ਚ ਰੌਣਕਾਂ ਹੋ ਚੁੱਕੀਆਂ ਪੱਚੀ ਪੱਚੀ 30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਛਿੱਟੀਆਂ ਹੋ ਗਈਆਂ ਚਿੰਤਾ 'ਚ ਖਾਸ ਮਾਨ ਚਿੰਤਾ ਪਾ ਗਈ ਆ ਪਰ ਜਿਹੜੀ ਮੇਰੀ ਮੇਰੇ ਦਿਲ 'ਚ ਤਮੰਨਾ ਹੈ ਨਾ ਉਹ ਇਹ ਹੈ ਕਿ ਤੁਹਾਨੂੰ ਖੁਸ਼ ਹੋਣ ਵਾਸਤੇ ਨਾ ਭਗਵੰਤ ਮਾਨ ਦੀ ਲੋੜ ਨਾ ਕਰੋ ਤੁਸੀਂ ਆਪਣੇ ਹਾਲਾਤਾਂ ਤੋਂ ਖੁਸ਼ ਰਹੋ ਕਿ ਯਾਰ ਫਸਲਾਂ ਨੂੰ ਭਾਅ ਮਿਲਣ ਲੱਗੇ
ਹੁਣ ਆਪਣੀ ਦੋਨਾਂ ਨੂੰ ਨੌਕਰੀ ਮਿਲ ਗਈ ਬਜ਼ੁਰਗਾਂ ਦਾ ਲਾਡੀ ਹੋ ਗਿਆ ਪ੍ਰੀਤ ਲੈ ਲਈ ਤੇ ਆ ਗਈ ਖੁਸ਼ ਹਾਂ ਆਹ ਕਮਾਨਾ ਪਰਮਾਤਮਾ ਤੰਦਰੁਸਤੀ ਬਖਸ਼ੇ ਇਹ ਤੇਰੇ ਜ਼ਿਆਦਾ ਦੂਰ ਨਹੀਂ ਹੈਗੇ ਇੰਨਾ ਪਿੱਪਲਾਂ ਥੱਲੇ ਇੰਨਾ ਬੋੜਾਂ ਥੱਲੇ ਤੁਹਾਨੂੰ ਕਿਤੇ ਭੰਗੜੇ ਪੈਂਦੇ ਲਿਖਾਵਾਂਗੇ ਤੁਸੀਂ ਸਾਹ ਦੇ ਦਿਓ ਕਰਨਾ ਕਰਿਓ ਆਪਾਂ ਨੂੰ ਬੰਦਾ ਪੈਣਾ ਸਾਰਾ ਆਮ ਲੋਕਾਂ ਨੂੰ ਹੁਣ ਹੁਣ ਗੱਲ ਬਣਦੀ ਜਾਂਦੀ ਹੈ ਡਰਦੇ ਹੁਣ ਜਿਹੜੇ ਮਰਜ਼ੀ ਲੀਡਰ ਪੂਰੇ ਮੈਂ ਕਰਕੇ ਮੇਰਾ ਨਾਂ ਰਘੁਗਰ ਮਾਰਦੇ ਨੇ ਮੈਂ ਇੱਥੋਂ ਨਹੀਂ ਡਰਦੇ ਮੇਰੀ ਕੋਈ ਕਾਤ ਨਹੀਂ ਤੇ ਮੈਂ ਇੱਥੋਂ ਡਰਦੇ ਇਹ ਡਰਦੇ ਪਤਾ ਕੀ ਤੂੰ ਆ ਜਿਹੜੇ ਥੋੜ੍ਹੀ ਜਿਹੀ ਬੀਨ ਬਜਾਈ ਕਿ ਕੋਂਗਰਸ ਸਭਾ ਨੂੰ ਤੁਸੀਂ ਨਿਕਲ ਆਉਣਾ ਤੁਹਾਡੇ ਤੋਂ ਡਰਦੇ ਨੇ ਲੈ ਇੰਨਾ ਕੁਛ ਅਕਾਲੀ ਦਲ ਨੇ ਕਰਨਾ ਹੋਏ ਘੱਟੋ ਘੱਟ 65,000 ਦੇ ਜਲੇਬੀ ਲੱਗਣਗੀਆਂ ਪਹਿਲਾਂ ਜਲੇਬੀਆਂ ਖਾ ਕੇ ਮਿਲ ਗਏ ਤਾਂ ਵਧਣੇ ਆਉਣਾ ਨਹੀਂ ਖੰਡ ਲੱਗ ਲਈ ਖੰਡ ਲੱਗ ਲਈ ਉਹ ਮਿੱਠਾ ਘੱਟ ਆ ਵਰਕਰ ਪਤਾ ਤੁਹਾਡੇ ਵਰਗੇ ਨਹੀਂ ਕਮਾਂਗੇ ਮੈਂ ਵੀ ਰਾਤ ਨਹੀਂ ਲਾ ਸਕਦਾ ਕਿ ਕਿਸੇ ਕਿੱਕਾ ਲੱਗਾ ਤੁਸੀਂ ਮੇਰੇ ਅੱਗੇ ਮੇਰੇ ਦਾ ਸਾਲ ਸਹੀ ਲਾ ਰੱਖੀ ਹੈ ਮੇਰੇ ਦੇਸ਼ ਆਓ ਲਾ ਰੱਖੀ ਤੂੰ ਹੀ ਪਰਾ ਜਾਣਾ ਉਹਨੂੰ ਜਾਂਦੇ ਯਾਰ ਮੈਂ ਤਾਂ ਅੱਜ ਹੀ 5 ਮਿੰਟ 6 ਮਿੰਟ ਕੱਢ ਕੇ ਆਇਆ ਮੇਰੇ ਘਰ ਆਹ ਹਾਲ ਨੂੰ ਇਹ ਦੁਬਾਰ ਹੈਜੀ ਰਾਹੀਆਂ ਵਾਲਾ ਸਾਥ ਤੇ ਲੱਗਦੀ ਕੋਲ ਰਾਤ ਨੂੰ 9:30 ਵਜੇ ਪਹੁੰਚਦਾ ਦੇਖ ਲਈ ਵੀ ਕੋਲੇ ਸ਼ਹਿਰ ਚ ਹੈਜੀ ਸੋ ਵੀਰੋ ਅਸੀਂ ਕਰਦੇ ਮੈਨੂੰ ਪਤਾ ਕਰਕੇ ਨਹੀਂ ਆਪ ਤੋਂ ਫਰਾਰ ਨਹੀਂ ਹੁੰਦੀ ਮੇਰਾ ਟੀਵੀ ਲਾਉਣ ਨਾਲ ਤਾਂ ਨਹੀਂ ਔਖਾ ਕੰਮ ਕੱਖ ਕੱਢਣ ਨਾਲ ਤਾਂ ਨਹੀਂ ਔਖਾ ਉਹ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਹਰੇਕ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ ਸਾਚੀ ਬੋਲਦੇ ਬੋਲੀ ਦੋ ਇਹ ਆਪਣੀ ਮੇਰੀ ਆਪਣੀ ਇਸਤੀ ਕਰ ਸਕਦੇ ਅੱਜ ਆਖੋ ਮਾਝੇ ਤੋਂ ਲਿਆ ਕੇ ਸੜਕਾ ਉਹ ਲੜਕੇ ਕੋਈ ਇੱਥੋਂ ਦਾ ਲੀਡਰ ਹੈ ਨਹੀਂ ਸੀ ਫਰੀਦਕੋਟ ਦਾ ਹੈਗੇ ਸੀ ਉਹ ਕਹਿੰਦੇ ਨਾ 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 ਪਰ ਗਾੜੀ ਵਿੱਚ ਆਉਂਦਾ ਤੁਸੀਂ ਥੱਲੇ ਵਾਲਾ ਕੰਮ ਸਾਂਭ ਲਿਓ ਯਾਰ ਵੀ ਪੋਲਿੰਗ ਪੂਲਿੰਗ ਕਿਹਨੇ ਲਾਉਣਾ ਤਾਂ ਪੋਸਟਰ ਕਿੱਥੇ ਕਹੀਦੇ ਰੋਡ ਸ਼ੋ ਦੁਆਰੇ ਮੈਨੂੰ ਕਿੱਥੇ ਬਣਾਉਣੇ ਕਿਹੜੇ ਪੜੀ ਜਾਣੇ ਆਹ ਕੰਮ ਤੁਸੀਂ ਥੱਲੇ ਸਾਂਭ ਲਿਓ ਆਹ ਨਿਯਮਾਂ ਪਰਵਾਹ ਨਾ ਕਰੋ ਮੈਂ ਕੱਲੇ ਦੀ ਵੱਲੀ ਫਿਰ ਬਾਣੀ ਪਾਈ ਫਿਰ ਨਾ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਮਾਰ ਕੇ ਲਗਾ ਲਿਓ ਆ ਜਾਓ ਜੇ ਪਾਈਏ ਕਬੱਡੀ ਮੈਂ ਤੁਹਾਡੇ ਹੌਸਲੇ ਦੇ ਜਿੰਨੇ ਚਿਰ ਤੁਸੀਂ ਮੇਰੇ ਨਾਲ ਆ ਜਾਓ ਮੈਂ ਇੱਕ ਗੱਲ ਕਹਿੰਦੇ ਮੈਂ 4 ਜਵਾਬ ਦਿੰਦਾ ਬੋਲਦੇ ਨਹੀਂ ਹੁਣ ਹਾਂ ਆ ਜਾਓ ਮੈਂ ਕਿਉਂਕਿ ਮੈਂ ਕਿਸੇ ਨੂੰ ਕਹਿਣਾ ਨਹੀਂ ਹੈਗਾ ਨਾ ਲੋਕ ਤੇ ਉੱਕਰ ਕੀ ਇਹਦਾ ਵੀ ਮੇਰੇ ਖਰਾਬ ਹੁੰਦਾ ਨਾ ਮੈਂ ਤਾਂ ਦੋਸਤਾਂ ਕਰਾ ਸਿੱਖ ਹੀ ਰਹਿ ਗਿਆ ਨਾ ਤੇ ਸਭ ਤਾਂ ਗੱਲ ਜੈਸੇ ਕਰ ਰਹੀ ਚੌਂਕ ਉਸਦਾ ਦੋ ਸਾਲ ਹੋ ਜਾਂਦੀ ਹੈ ਇਹਦਾ ਭਾਰਤ ਦੇ ਬੰਦੇ ਨੇ ਕੁਛ ਕਹਿ ਰਹੇ ਫਿਕਰ ਵੀ ਰੱਖਿਆ ਇਹਦਾ ਕਰੋੜ ਰੁਪਏ ਦਾ ਕਰਕੇ ਕੋਈ ਛਾਪਾ ਛਾਪਾ ਕੇ ਅੰਦਰ ਕੀਤਾ ਹੁੰਦਾ ਨਾ ਸਭ ਤੋਂ ਵੱਧ ਤਾਂ ਮਿਲ ਜਾਇਆ ਕਰਦਾ ਨਹੀਂ ਪਰ ਲੋਕ ਹੁਣ ਬੋਲਣ ਲੱਗ ਗਏ ਉਹ ਲੈ ਕੋਈ ਗੱਲ ਮਤ ਬਚ ਗਈ ਉਹ ਜਿਹੜਾ ਕੇਵਲਟੀ ਨੂੰ ਆਇਆ ਸਾਡੇ ਸਕੂਲ ਪਹਿਲੇ ਦਿਨ ਹੀ ਰੋਡ ਸ਼ੋਅ ਕੀਤਾ ਮਾਂ ਦੇ ਪੁੱਤਰ ਸੱਚ ਬੋਲਦਾ ਪਹਿਲੇ ਦਿਨ ਮੂੰਹ ਤਾਂ ਲੱਗਾ ਗਿਆ ਮਾੜੇ ਨੇ ਆਪਣੇ ਟੱਬਰ ਪਾਲਦੇ ਬਸ ਹੋਰ ਕੁਛ ਨੀ ਕਰਦੇ ਹੋਰ ਕੁਛ ਨੀ ਕਰਦੇ ਵੀਰੋ ਅਕਾਲੀ ਦਲ ਇਹ ਅੱਛਾ ਇਹ ਵੀ ਸਜਾਈ ਹੈ ਸੁਖਬੀਰ ਬਾਦਲ ਦੇ ਮੁਖੀ ਅਕਾਲੀ ਦਲ ਦੀ ਕੀ ਪੈਂਚਰ ਕਰਦੇ ਫਿਰ ਤੈਨੂੰ ਮਗਰ ਮਗਰ ਬਾਬਾ ਪਾ ਚਲਾਉਂਦਾ ਫਿਰਦਾ ਮਾਫ਼ੀ ਮੰਗਦੇ ਨੀ ਮਾਫ਼ੀ ਪਤਾ ਨਹੀਂ ਕੁਛ ਕਹਿੰਦੇ ਨਾ ਉਹਨੇ ਮਾਫ਼ੀ ਮੰਗਣੀ ਪੈਂਦੀ ਉਹ ਇਹ ਸਜਾਈ ਨਹੀਂ ਫਿਰ ਇਹ ਸਜਾਈ ਇੱਥੇ ਨਾ ਕੁਛ ਹੋਰ ਕਰੇ ਇੱਥੇ ਹੀ ਸਾਰਾ ਕੁਛ ਆਪਾਂ ਤਾਂ ਮੈਂ ਤਾਂ ਇੱਕ ਪਿੰਡ ਦੇਖਦੇ ਸੀ 35 ਪਿੰਡ ਕਰਦੇ ਨਾ ਇਹ ਕਿੱਥੋਂ ਰੀਸ ਕਰਨਗੇ ਆਪਣੀ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਅੱਜ ਤਾਪਮਾਨ ਕਿਤਨਾ ਹੈ ਸਰ 42 ਡਿਗਰੀ ਓ ਨੋ 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 ਟੂ ਹਾਟ ਨੋ 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 25 ਡਿਗਰੀ ਤੋਂ ਥੱਲੇ ਹੋਇਆ ਦੱਸਿਓ ਫਿਰ ਆਵਾਂਗੇ ਉਹਨੇ ਜਿਹੜੇ ਮੈਂ 35 ਮਿੰਟ ਕਰ ਦੇਣਾ ਕੈਪਟਨ ਅਮਰਿੰਦਰ ਹੋਰੀ ਕੋਈ ਮਿਹਨਤ ਕਿ ਮੇਰੀ ਸਕਾ ਲਣਗੇ ਆਪਣੀ ਕੈਪਟਨ ਅਮਰਿੰਦਰ ਦੀ ਦੁਪਹਿਰੇ 11:20 ਤੇ ਮੁੱਛਾਂ ਦੀ ਢਾਡੀ ਖੁੱਲਦੀ ਹੈ 11:55 ਤੇ ਢਾਡੀ ਵਾਲੀ ਖੁੱਲਦੀ ਹੈ ਫਿਰ 20-25 ਮਿੰਟਾਂ 'ਚ ਜਾਲੀ ਜਾੜਦੇ ਨੇ ਫਿਰ 3-4 ਜਾਣੇ ਅੱਧੇ ਘੰਟੇ 'ਚ ਪੰਜਾਬੀ ਚੜੋਗੇ ਏ ਮੈਂ ਤੂੜੀ ਵਾਲਾ ਭੂਮ ਕਰਦੇ ਜੇ ਮੈਂ ਆਪਾਂ ਉਹਨੇ ਜਦੋਂ ਮੈਂ 25 ਮਿੰਟ ਕਰ ਦਿੰਦਾ ਯਾਰ ਫਿਰ ਕੀ ਰੀਸ ਕਰਨਗੇ ਆਪਣੀ ਰਾਜੇ ਨੇ ਤਾਂ ਆਏ ਤਾਂ ਨਹੀਂ ਹੁਣੇ ਅਜੇ ਉਹਦੇ ਤੂੰ ਗੱਲ ਸੀ ਗੱਲ ਹੈ ਹੁਣ ਨਹੀਂ ਆਉਂਦੇ ਫਿਰ ਪਤਾ ਕਰ ਲੈ ਕਹਿੰਦੇ ਉਹ ਤਾਂ ਨਹੀਂ ਆ ਗਿਆ ਪਰ ਫਿਰ ਤਾਂ ਰਹਿਣ ਦੋ ਕਹਿੰਦੇ ਮੈਂ ਕਰ ਦੂੰ 30,000 ਤੱਕ
ਹਰ ਕੀ ਹਰ ਕਰਕੇ ਸਾਖਾ ਮੰਗ ਕੇ ਦਿੱਤੀ ਹੋਵੇ ਸਮਾਂ ਵਾਲਾ ਚੱਲਦਾ ਇਹ ਤਾਂ ਛਿੱਟਾ ਹੀ ਦੇਵੇ ਕਰੇ ਕਰਕੇ ਜੀ ਹੋ ਗਈ ਨੀ ਹਾਂਸੀ ਲੈ ਸੱਚੀਆਂ ਨੇ ਦਿਲ ਨੂੰ ਛੂਦੀਆਂ ਨੇ ਤਾੜੀਆਂ ਮਾਰ ਕੇ ਹੌਸਲੇ ਤਾਂ ਵਧਾ ਦਿਆ ਕਰੋ ਤਾੜੀ ਮਾਰਨ ਪਤਾ ਲੱਗ ਗਿਆ ਗੁੱਸੇ ਕੱਢੇ ਪਏ ਨੇ ਅੱਜ ਇਹਨੇ ਫਟਕਾ ਹੁੰਦਾ ਸੀ ਤਾੜੀਆਂ ਦਾ ਐਂ ਬੋਤਲ ਨਿਕਲ ਗਈ ਜਿਵੇਂ ਟੀਨਾਂ ਦੀ ਛਾਤੇ ਗਲੇ ਪੈਂਦੇ ਹੁੰਦੇ ਆ ਹਾਂ ਸੋ ਵੀਰੋ ਇੱਕ ਉੱਨੀ ਹੋਈ ਅੱਛਾ ਇਹ ਦੇਖੋ ਕੋਟ ਕੁਝ ਧਿਆਨ ਹੋ ਦਿੰਦੇ ਨੇ ਸਰਕਾਰੀ ਹੋਰ ਬਠਿੰਡੇ ਹੋਰ ਬਰਨਾਲੇ ਹੋਰ ਉਹ ਪਰਮਿੰਦਰ ਸਿੰਘ ਸਾਹਿਬ ਉਸ ਤੇ ਸੁਭਾਊਗਾ ਹੁਣ ਸੰਗਰੂਰ ਦੇ ਲੋਕ ਸਭਾ ਦੇ ਬਾਕੀ ਸਾਰੀ ਲੋਕ ਸਭਾ ਤੇ ਮੋਦੀ ਦੀ ਫੋਟੋ ਹੋਊਗੀ ਜਿਹੜੇ ਮਲੇਰ ਕੋਟੀਆਂ ਦੇ ਛਪਾਊਗਾ ਉਹ ਚ ਮੋਦੀ ਦੀ ਫੋਟੋ ਨਹੀਂ ਕਿਉਂਕਿ ਨਾ ਮੋਦੀ ਦੀ ਫੋਟੋ ਨਹੀਂ ਇੱਥੇ ਕਰਾਰੇ ਲਈ ਮੋਦੀ ਦੀ ਮੈਂ ਕਿਹੜੀ ਵਾਲੀ ਕਰਾਂ ਨਾ ਚੱਲ ਬੜੇ ਸ਼ਾਤਰ ਨੇ ਕਦੇ ਕੁਛ ਕਦੇ ਕੁਛ ਅੱਜ ਤੋਂ 20 ਸਾਲ ਪਹਿਲਾਂ ਮਿਲੋ ਮੈਂ ਇੱਕ ਕਵਿਤਾ ਲਿਖ ਕੇ ਕੈਸਟ 'ਚ ਪਾਈ ਸੀ ਸੀਡੀ 'ਚ ਉਹ ਪਸੰਦ ਕੀਤੀ ਸੀ ਮੇਰੀ ਦੀਦੀ ਨੇ 20 ਸਾਲ ਪਹਿਲਾਂ ਮੈਨੂੰ ਰੱਬ ਨੇ ਲਿਖਵਾਈ ਵੀ ਤੇਰੇ ਇੱਥੇ ਕੰਮ ਆਊਗੀ ਅੱਜ 20 ਸਾਲਾਂ ਵਾਲਾ ਇਹ ਕੰਮ ਆ ਰਹੀ ਹੈ ਕਿ ਮੈਂ ਉਹ ਵੀ ਸੱਚ ਜਿਵੇਂ ਕਰਤਾਰ ਨੇ ਦੱਸਿਆ ਕਿ ਪਹਿਲਾਂ ਤੁਸੀਂ ਕਰਦੇ ਕਰਦੇ ਆ ਉਹ ਕੀ ਹੈ ਜੰਗਲ ਦੇ ਵਿੱਚ ਵੋਟਾਂ ਪਾਉਣ ਦਾ ਪ੍ਰੋਗਰਾਮ ਬਣਾ ਲਿਆ ਜਾਨਵਰ ਨੇ ਕਹਿੰਦੇ ਸ਼ੇਰ ਹਾਥੀ ਬਣ ਜਾਂਦੇ ਨੇ ਰਾਜਾ ਵੋਟਾਂ ਪਾਉਣ ਲੋਕਤੰਤਰ ਲਈ ਇੱਥੇ ਚਲਾ ਸ਼ੇਰ ਵੀ ਖੜਾ ਹੋ ਜਾ ਵੋਟਾਂ 'ਤੇ ਜਿੱਤ ਜੇ ਤਾਂ ਬਣ ਜੀ ਰਾਜਾ ਲਓ ਜੀ ਹੁਣ ਜੰਗਲ ਦਾ ਮਾਹੌਲ ਦੇਖਿਓ ਕੀ ਹੈ ਇੰਡੀਆ ਹੀ ਹੈ ਜਿਹੜਾ ਜਿਹਨੇ ਕਿਸੇ ਇਸ ਕੰਮ ਤੱਕ ਕਿਤੇ ਵੀ ਇੰਡੀਆ ਦਾ ਨਾਂ ਨਹੀਂ ਲਿਆ ਹੋਇਆ ਪਰ ਤੁਸੀਂ ਸੁਣਦੇ ਹੋ ਤੁਸੀਂ ਇੰਡੀਆ ਤੋਂ ਬਾਹਰ ਨਹੀਂ ਜਾਣਾ ਤੁਹਾਨੂੰ ਪਤਾ ਲੱਗੂ ਇੱਥੇ ਹੀ ਹੁੰਦਾ ਜੰਗਲ ਦੇ ਵਿੱਚ ਆਮ ਚੋਣਾਂ ਦਾ ਹੋਇਆ ਜਦੋਂ ਐਲਾਨ ਜੰਗਲ ਦੇ ਵਿੱਚ ਆਮ ਚੋਣਾਂ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਰ ਪੰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਕਹਿੰਦੇ ਭਾਈ ਜੀ ਸਤਿ ਸ਼੍ਰੀ ਅਕਾਲ ਹੈ ਹੋਰ ਸੁਣਾਓ ਕੀ ਹਾਲ ਚਾਲ ਹੈ ਬੱਕਰੀ ਦੇ ਵੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਹੈਰਾਨ ਬੜਾ ਹੈ ਸ਼ੇਰ ਮੇਰੇ ਦੀ ਕੋਈ ਨਾ ਜੋੜ ਕੇ ਘਰ ਹੈ ਸ਼ੇਰ ਕਹਿੰਦਾ ਭਾਈ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਹੁਣ ਆਪਾਂ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਬਸ ਆਉਣ ਵਾਲੀਆਂ ਚੋਣਾਂ 'ਚ ਮੇਰੇ ਚੋਣ ਨਿਸ਼ਾਨ ਦਾ ਜ਼ਰਾ ਖਿਆਲ ਰੱਖਿਓ ਜੰਗਲ 'ਚ ਕੀ ਮਾਹੌਲ ਸੀ ਚਿੜੀਆਂ ਦੇ ਆਲੇ ਦੇ ਬਾਜਾਂ ਦੇ ਝੰਡੇ ਚਿੜੀਆਂ ਨੇ ਆਪਣੇ ਆਲਿਆਂ ਦੇ ਬਾਜਾਂ ਦੇ ਝੰਡੇ ਲਾਏ ਹੋਏ ਵੀ ਇਹਨਾਂ ਨੂੰ ਵੋਟਾਂ ਪਾਉਣ ਗਏ ਜਿਹੜੇ ਖਾਂਦੇ ਨੇ ਉਹਨਾਂ ਨੂੰ ਚਿੜੀਆਂ ਦੇ ਆਲਿਆਂ ਦੇ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਜਿਹਨੇ ਵੀ ਨੇਰਾ ਹੋਊਗਾ ਚੂਹਿਆਂ ਨੂੰ ਵਾਅਦਾ ਕੀਤਾ ਗਿਆ ਇਲ ਨਹੀਂ ਰਹੂਗੀ ਕਿਉਂਕਿ ਖਾ ਜਾਂਦੇ ਉਹਨਾਂ ਨੂੰ ਚੱਕ ਕੇ ਲੈ ਗਏ ਪੰਜੇ ਨਾਲ ਚੂਹਿਆਂ ਨੂੰ ਵਾਅਦਾ ਕੀਤਾ ਗਿਆ ਇਲ ਨਹੀਂ ਰਹੂਗੀ ਇਲਾਂ ਨੂੰ ਭਰੋਸਾ ਦਿੱਤਾ ਗਿਆ ਚੂਹਿਆਂ ਦੀ ਸਭਰਾਈ ਢਿੱਲ ਨਹੀਂ ਰਹੂਗੀ ਸਾਰਾ ਦਿਨ ਚੋਰ ਬਚਾਰ ਕਰਕੇ ਥੱਕਿਆ ਹੋਇਆ ਸ਼ੇਰ ਰਾਤ ਨੂੰ ਆਪਣੇ ਘੁੰਨ ਨਹੀਂ ਜਾਂਦਾ ਜਾਣ ਸਕਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਸਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜਕ ਜਿਹਾ ਖਰਗੋਸ਼ ਖਾਣ ਨੂੰ ਦਿਲ ਕਰਦਾ ਸ਼ੇਰ ਕਹਿੰਦਾ ਭਗਵਾਨ ਦੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜਿੰਨੇ ਮਰਜ਼ੀ ਖਾ ਲਈ ਪਲੀਜ਼ 19 ਮਈ ਤੋਂ ਬਾਅਦ ਆਪਾਂ ਖਰਗੋਸ਼ ਲਾਈਏ 19 ਮਈ ਤੱਕ ਆਪਾਂ ਨੂੰ ਬਜਾ ਕੇ ਰੱਖਣਗੇ ਉਹ ਤੋਂ ਬਾਅਦ ਆਪਾਂ ਨਹੀਂ ਖਾਣਗੇ ਫਿਰ ਆਪਣੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾਣਗੇ ਫਿਰ ਆਪਣੇ ਬਜ਼ੁਰਗਾਂ ਦੀ ਹਿੱਸੇ ਦੀ ਦਵਾਈ ਖਾਣਗੇ ਫਿਰ ਆਪਣੀਆਂ ਫਸਲਾਂ ਖਾਣਗੇ ਨਸਲਾਂ ਖਾਣਗੇ ਆਹ ਕੋਈ ਇਹਨਾਂ ਦੇ ਗੱਲੇ ਦੇ ਕੋਈ ਪ੍ਰੋਗਰਾਮ ਨਹੀਂ ਹੁਣ ਆਪਾਂ ਖੇਤੀ ਵਾਲੇ ਹਾਂ ਆਪਣੀ ਕੋਈ ਸੁਣਦੀ ਲੱਗ ਜਾਏ ਫਸਲ ਨੂੰ ਕੀ ਦਾ ਲੱਗ ਗਿਆ ਕੋਈ ਆਪਾਂ ਨੂੰ ਸਰਕਾਰ ਵੱਲੋਂ ਦੱਸਦਾ ਕਿ ਭਾਈ ਕਿਹੜੀ ਸਪਰੇਅ ਕਰਨੀ ਹੈ ਕੋਈ ਆਉਂਦਾ ਜੀ ਨਹੀਂ ਆਉਂਦਾ ਸਾਡੇ ਨਹੀਂ ਆਉਂਦਾ ਮੈਂ ਵੀ ਸਪਰੇਅ ਕਰਦਾ ਰਿਹਾ ਆਪਾਂ ਕਿਹੜੀ ਕਰਦੇ ਸਪਰੇਅ ਕਿਉਂ ਕਿ ਤੂੰ ਜਿਹੜਾ ਪੁੱਛ ਕੇ ਗੱਲ ਕਰ ਰਮੇਲ ਉਹ ਯਾਰ ਪੀਲੇ ਜਿਹੇ ਖੰਭਾਂ ਨਹੀਂ ਲੱਗ ਗਏ ਪੱਤੇ ਜਿਹੇ ਖਾਈ ਜਾਂਦੇ ਯਾਰ ਹਾਂ ਸਾਡੇ ਵੀ ਲੱਗੀ ਤੂੰ ਸਪਰੇ ਕਿਹੜੀ ਹੈ ਪਤਾ ਨੀ ਕਿਹੜੀ ਬਾਈ ਲਾਲ ਜੇ ਰੱਖਣ ਵਾਲੀ ਚੱਕ ਦੋ ਸਾਰਾ ਪੰਜ ਲਾਈਆਂ ਲਾਲ ਜੇ ਰੱਖਣ ਵਾਲੀ ਕੋਈ ਪਤਾ ਨੀ ਉਹ ਲਾਲ ਜੇ ਰੱਖਣ ਵਾਲੀ ਉਹਦੇ ਵਾਸਤੇ ਕਾਮਯਾਬ ਹੈ ਜਾਂ ਨਾ ਬਾਈ ਇਕੱਲੇ ਮਸਲੇ ਨਹੀਂ ਥੋਂਦੇ ਹੱਲ ਵੀ ਦੱਸਦੇ ਆ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਪਿਆ 2017 ਠੀਕ ਹੈ ਨਾ ਕੋਈ ਗੱਲ ਨੀ ਕਦੇ ਕਦੇ ਲੜਾਈਆਂ ਲੰਬੀਆਂ ਹੋ ਜਾਂਦੀਆਂ ਨੇ ਲਿਖਿਆ ਪਿਆ ਹਰੇਕ ਪਿੰਡ ਨੂੰ 2 ਐਮ ਐਸ ਸੀ ਐਗਰੀਕਲਚਰ ਤੇ ਬੀ ਐਸ ਸੀ ਐਗਰੀਕਲਚਰ ਦੀ ਪੜ੍ਹਾਈ ਕੀਤੇ ਹੋਏ
ਘੱਟੋ ਘੱਟ ਦੋ, ਬਾਕੀ ਪਿੰਡ ਦੇ ਸਾਹਿਬ ਜਵਾਬ ਤਿੰਨ ਜਾਂ ਚਾਰ ਵੀ ਹੋ ਸਕਦੇ ਨੇ। ਖੇਤਾਂ ਦੇ ਮਾਸਟਰ ਦੇਵਾਂਗੇ ਜਿਹੜੇ ਹਰ ਰੋਜ਼ ਆ ਕੇ ਕੋਆਪਰੇਟ ਸਾਹਿਬ 'ਚ ਬੈਠਣਗੇ, ਉਹ 40,000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ, ਨੌਕਰੀ ਮਿਲੂਗੀ, ਅਤੇ ਨਾਲੇ ਕੋਈ ਛੁੱਟੀ ਲੱਗੀ ਉਹ ਯੂਨੀਵਰਸਿਟੀ 'ਚ ਭੇਜਣਗੇ, ਯੂਨੀਵਰਸਿਟੀ ਤੁਹਾਨੂੰ ਦੱਸੋਗੀ ਕਿਹੜੀ ਸਪਰੇ ਕਰਨੀ ਹੈ, ਸਪਰੇ ਤੁਹਾਨੂੰ ਖਰੀਦਣੀ ਪੈਣੀ ਕੋਆਪਰੇਟ ਸਾਹਿਬ 'ਚੋਂ ਮਿਲੂਗੀ, ਲਿਖ ਲਿਆ ਜਾਊਗਾ ਪੈਸਾ ਉਹਦਾ, ਰੇਹ ਤੁਹਾਨੂੰ ਨਹੀਂ ਮਿਲੂ, ਲਿਖ ਲਿਆ ਜਾਊਗਾ ਪੈਸਾ ਤੇਲ ਵੀ ਇਹੀ ਮਿਲੂਗਾ, ਜੇ ਤੁਹਾਡੀ ਫਸਲ ਆ ਗਈ ਉਦੋਂ ਕੱਟ ਲਾਂਗੇ। ਮਰਜ਼ੀ ਆਪਾਂ ਕਿੱਥੇ ਹਾਂ, ਰੇਹ ਲਿਆਉਂਦੇ ਆਪਾਂ ਵਿਆਜੂ ਪੈਸੇ ਫੜ ਕੇ, ਤੇਲ ਲਿਆਉਂਦੇ ਹਾਂ ਵਿਆਜੂ ਪੈਸੇ ਫੜ ਕੇ, ਸਪਰੇ ਲਿਆਉਂਦੇ ਹਾਂ ਵਿਆਜੂ ਪੈਸੇ ਫੜ ਕੇ, ਤੇ ਆਪਦੀਆਂ ਫਸਲਾਂ ਦੇ ਜਿਹੜੇ ਪੈਸੇ ਨੇ ਉਹ ਸਾਨੂੰ ਘਰ ਨਹੀਂ ਦੇ ਲੈਣੇ ਪੈਂਦੇ ਨੇ, ਸਾਡੇ ਗੰਨੇ ਦੇ ਪੈਸੇ ਦੇ ਦਿਓ, ਗੰਨੇ ਵਾਲੇ ਬੱਚੇ ਨੇ ਇੱਥੋਂ ਉਧਰੋਂ ਵਿਆਜ ਪੈ ਜਾਂਦਾ, ਐਂ ਮਰਦੇ ਆ ਬਾਈ। ਸਾਰੀਆਂ ਸਕੀਮਾਂ ਇੰਜਨ ਬਣੀਆਂ ਬੈਠੀਆਂ ਕਰਾ ਰਹੀ ਹੈ, ਬੰਦਾ ਆ ਲੈਣ ਦੋ ਹੈਂਡਲ ਮਾਰ ਕੇ ਟੱਸ ਦੇਣੀ ਹੈ, ਚੱਲ ਪੈਣਾ ਇੰਜਨ ਬਸ, ਸਾਰਾ ਕੁਛ ਬਣੀ ਨੌਕਰੀ ਨੀ ਕਰਦਾ, ਚਿੱਟਾ ਨੀ ਖਾਂਦਾ, ਨਹੀਂ ਲਾਉਂਦੇ ਉਹਨੂੰ ਡੈਮੇਜ ਹੁੰਦਾ, ਕਾਕਾ ਕੰਮ ਦਫ਼ਤਰ ਜੋ ਹੁੰਦਾ ਕੱਕਾ ਆ ਜਾਂਦੇ, ਉਹਦੇ ਬਾਅਦ ਨਹਾ ਕੇ ਬੱਚਿਆਂ ਨਾਲ ਰੋਟੀ ਖਾ ਕੇ ਸੋਣ ਲੈਂਦਾ, ਕੱਲ੍ਹ ਨੂੰ ਫਿਰ ਜਾਣਾ ਹੈ, ਆਹ ਹਲੇ ਉਹਦੇ ਕੀ ਕਰੇ, ਕੋਈ ਭੜਕਾ ਲੈਂਦਾ ਉਹਨੂੰ, ਜੀ ਸੀ ਉਹਦੀ ਹੈਗੇ ਉਹਨੇ ਬੰਦੇ ਛੱਡੇ ਹੋਏ, ਭੜਕਾ ਲੈਂਦੇ ਇਹਨੂੰ, ਆਹ ਗੱਲਾਂ ਹੋਣਾ, ਇਹ ਆਪਣੀ ਰੀਸ ਨਹੀਂ ਕਰ ਸਕਦੇ ਅਕਾਲੀ ਕਾਂਗਰਸ, ਇਹ ਕਰਦੇ ਨੇ ਤੁਹਾਡੇ ਘਰ ਉਜਾੜਨ ਦੀਆਂ ਗੱਲਾਂ, ਅਸੀਂ ਕਰਦੇ ਹਾਂ ਤੁਹਾਡੀ ਗੁੱਡੀ ਟੰਬਰੀ ਚਾੜਨ ਦੀਆਂ ਗੱਲਾਂ, ਇਹ ਕਰਦੇ ਨੇ ਸ਼ਮਸ਼ਾਨ ਬਣਾਉਣ ਦੀਆਂ ਗੱਲਾਂ, ਅਸੀਂ ਕਰਦੇ ਹਾਂ ਜਾਨ ਬਚਾਉਣ ਦੀਆਂ ਗੱਲਾਂ, ਇਹਨਾਂ ਕੋਲੇ ਹੈ ਨੀ ਲੋਕੋ ਕੋਈ ਵੀ ਸਕੂਲਾਂ ਦੀ ਗੱਲ, ਅਸੀਂ ਕਰਦੇ ਹਾਂ ਮੁਫ਼ਤ ਇਲਾਜ ਤੇ ਸ਼ਾਨਦਾਰ ਸਰਕਾਰੀ ਸਕੂਲਾਂ ਦੀ ਗੱਲ, ਇਹ ਹੈਲੀਕਾਪਟਰ 'ਚ ਬਹਿ ਕੇ ਕਰਦੇ ਨੇ ਨੰਨੀ ਸ਼ਾਨ ਦੀਆਂ ਗੱਲਾਂ, ਅਸੀਂ ਕਰਦੇ ਹਾਂ ਚੁੱਲ੍ਹਿਆਂ ਮੂਹਰੇ ਬਹਿ ਕੇ ਬੁੜੀ ਮਾਂ ਦੀਆਂ ਗੱਲਾਂ, ਇਹਨਾਂ ਕੋਲੇ ਇਹਨਾਂ ਨੂੰ ਪੁੱਛੋ ਨਾਨਕ ਦੀ ਬਾਣੀ ਸਾਰੀ ਦੀਆਂ ਗੱਲਾਂ, ਉਹ ਬਾਈਬਲ ਕਲਾਂ ਦੀਆਂ ਗੱਲਾਂ, ਉਹ ਪ੍ਰਗਾੜੀ ਦੀਆਂ ਗੱਲਾਂ, ਇਹਨਾਂ ਕੋਲੇ ਨੇ ਝੂਠੀਆਂ ਸੌਹਾਂ ਤੇ ਗੁਟਕਾ ਸਾਹਿਬ ਦੀਆਂ ਗੱਲਾਂ, ਆਪਣੇ ਕੋਲੇ ਨੇ ਇੱਕ ਰੁਪਈਏ ਦੇ ਹਿਸਾਬ ਦੀਆਂ ਗੱਲਾਂ, ਇਹ ਕਰਦੇ ਨੇ ਨੌਜਵਾਨਾਂ ਨਾਲ ਚਿੱਟੇ ਦੀਆਂ ਗੱਲਾਂ, ਅਸੀਂ ਕਰਦੇ ਹਾਂ ਰੰਗਲੇ ਪੰਜਾਬ ਦੇ ਰੰਗ ਖਿੱਟੇ ਦੀਆਂ ਗੱਲਾਂ, ਇਹ ਅਸੀਂ ਕਰਦੇ ਹਾਂ ਲੋਕਾਂ ਨੇ ਚੁੱਲ੍ਹਿਆਂ ਦੀਆਂ ਬੁਝਦੀਆਂ ਅੱਗਾਂ ਦੀਆਂ ਗੱਲਾਂ, ਉਹ ਲਹਿੰਦੀਆਂ ਚੁੰਨੀਆਂ ਦੀਆਂ ਤੇ ਭੈਂਦੀਆਂ ਪੱਗਾਂ ਦੀਆਂ ਗੱਲਾਂ, ਇਹਨਾਂ ਨੂੰ ਪੁੱਛੋ ਕੀਰਲੀਆਂ ਤੇ ਬੈਣਾਂ ਦੀਆਂ ਗੱਲਾਂ, ਉਹ ਰੋਂਦੀਆਂ ਮਾਵਾਂ ਤੇ ਬਿਲਕਦੀਆਂ ਭੈਣਾਂ ਦੀਆਂ ਗੱਲਾਂ, ਇਹਨਾਂ ਕੋਲੇ ਲੁੱਟ ਦੇ ਮਾਲ ਦਾ ਕੋਈ ਹਿਸਾਬ ਹੈ ਨੀ, ਉਹ ਲੋਕੋ ਇਹਨਾਂ ਦੇ ਜੰਡੇ ਤੇ ਆਪਣਾ ਪੰਜਾਬ ਹੈ ਨੀ, ਮੈਂ ਇੱਕ ਦੱਸ ਕੇ ਕਹਿਣਾ ਕੈਪਟਨ ਦੇ ਬਾਦਲਾਂ ਨੂੰ ਇਹਨਾਂ ਕੋਲੇ ਭਗਵੰਤ ਮਾਨ ਦੀ ਕਿਸੇ ਗੱਲ ਦਾ ਜਵਾਬ ਨਹੀਂ। ਗਾਂਧੀ ਪਾਰਟੀ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ, ਚਲੋ ਬੈਠੋ ਮੇਰਾ ਟੀਵੀ ਦੇ ਆਏ ਸੁਖਬੀਰ ਸਿੰਘ ਆਏ, ਉਹ ਆਜੇ ਰਾਜਾ ਇਹ ਆਪਦੇ ਅਫਸਰਾਂ ਤੋਂ ਕੜਾ ਕੇ ਲਿਆਉਣ ਫੈਲਣਾ, ਮੈਂ ਮੂੰਹ ਜਵਾਨੀ ਬੋਲੂਗਾ ਅੱਜ, ਗਾਂਧੀ ਪਾਰਟੀ ਸੁਖਬੀਰ ਜੇ ਤੁਹਾਨੂੰ ਲੱਗਦਾ ਕਿ ਯਾਰ ਸਾਡੇ ਵਾਲੇ ਨੇ ਹੋਏ ਸਾਡੇ ਵਾਲੇ ਵੀ ਬੋਲਦੇ ਨੇ ਤਾਂ ਸਾਥ ਦੇ, ਜੇ ਲੱਗਦਾ ਤਾਂ ਇਹ ਤਾਂ ਹੋਰ ਹੀ ਕੀ ਕਰ ਜਾਓ ਤੁਸੀਂ ਕਹਿੰਦੇ ਸੋਪੋ ਪੁਰਾਣੇ ਸ਼ਿਫਟ ਹੈਗੇ ਉੱਥੇ ਜਿਹੜੇ 7-7 ਸਾਲ ਲੋਕਾਂ ਦੇ ਆ ਰਹੇ, ਇਹਨਾਂ ਦੇ ਅੰਡੇ ਤੇ ਕੁਛ ਨੀ ਹੈਗਾ, 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਦਿਵਸ ਹੁੰਦਾ, ਮੈਂ ਪਾਰਲੀਮੈਂਟ 'ਚ 26 ਤਰੀਕ ਨੂੰ ਪਾਰਲੀਮੈਂਟ ਨੇ ਕੰਪਿਊਟਰ ਚੈੱਕ ਕੀਤਾ ਤੇ ਕਦੇ ਇਹਨਾਂ ਨੇ ਸ਼ਰਧਾਂਜਲੀ ਦਿੱਤੀ ਹੈ ਨਹੀਂ, ਮੈਂ ਮੇਰੇ ਸਪੀਕਰ ਦੇ ਕਮਰੇ ਦੇ ਗਿਆ, ਮੈਂ ਕਿਹਾ ਮੈਡਮ ਕੱਲ੍ਹ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਦਿਵਸ ਹੈ ਸ਼ਰਧਾਂਜਲੀ ਦਿਓ, ਕਹਿੰਦੇ ਪਹਿਲੇ ਤਾਂ ਕਦੀ ਦੇ, ਮੈਂ ਕਿਹਾ ਫਿਰ ਹੱਥ ਦੇ ਦਿਓ, ਦੇ ਕੀ ਹੁੰਦਾ, ਕਹਿੰਦੇ ਦੋ ਕਿਸਮ ਦੇ ਟਿਕਟ ਹੈ, ਉਹ ਆਂਧਰਾ ਪ੍ਰਦੇਸ਼ ਵਾਲੇ ਕੋਲ ਹੈ, ਉਹ ਸ਼ੋਰ ਮਚਾਉਂਦੇ ਆ, ਮੁੰਡੇ ਪਾਰਲੀਮੈਂਟ ਆਧੇ ਮਿੰਟ ਵੀ ਬੰਦ ਕਰਨੀ ਪੈਂਦੀ ਹੈ, ਮੈਂ ਕਿਹਾ ਜੀ ਉਹਨਾਂ ਦੀ ਗੱਲ ਕੀ ਮੇਰੀ ਹੈ, ਉਹਨਾਂ ਨੂੰ ਮੈਂ ਬਣਾ ਦੂੰਗਾ, ਕਹਿੰਦੇ ਭਾਈ ਕੀ ਕਿਆ ਲਿਖਾ, ਮੈਂ ਵੇਖ ਕੇ ਕਹਿੰਦਾ ਤੁਸੀਂ ਕੱਢ ਕੇ ਕਿ ਭਾਈ 1705 ਈਸਵੀ ਨੂੰ ਸੂਬਾ ਬਣਾਉਂਦੇ ਨੇ ਬਾਬਾ ਜੀ ਦਾ ਸੱਚੇ ਬਾਬਾ ਸਾਹਿਬ ਜੀ ਨੂੰ ਨੀਹਾਂ ਚੜਿਆ ਸੀ ਵੀਰੋ, ਮੈਂ ਉਹਨਾਂ ਨੂੰ ਬਾਅਦ ਕਰਦੀ ਬਾਬਾ ਫਿਰ ਇੱਥੇ ਕੰਸਲਟੇਸ਼ਨ ਤੋਂ ਜਾਂਦੀ, ਮੈਂ ਉਹਨਾਂ ਨੂੰ ਆਂਧਰਾ ਪ੍ਰਦੇਸ਼ ਵਾਲਿਆਂ ਕੋਲ ਗਿਆ, ਮੈਂ ਆ ਕੇ ਮੈਂ ਕੁਦਰਤੀ ਦੋ ਦਿਨ ਪਹਿਲਾਂ ਉਹਨਾਂ ਦੇ ਹੱਕ 'ਚ ਹੀ ਬੋਲਿਆ ਸੀ ਵੀ ਇਹ ਠੀਕ ਨੇ ਮੋਦੀ ਨੇ ਧੋਖਾ ਦਿੱਤਾ ਮੇਰਾ, ਉਹ ਕਹਿੰਦੇ ਆਪ ਨੂੰ ਸਮਰਥਨ ਗਿਆ ਤਾਂ ਮੈਂ ਆਪ ਕੇ ਸਮਰਥਨ ਮੰਗ ਲਿਆ ਹੈ, ਦੋ ਤਿੰਨ ਮਿੰਟ ਤੁਸੀਂ ਰੌਲਾ ਪਏ ਤੇ ਮੋਦੀ ਵਾਲੇ ਜਿਹੜੇ ਪਾ ਲੈਣ ਦੋ ਤੁਸੀਂ ਕਹਿ ਰਹੋ, ਠੀਕ ਹੈ ਪਾਰਲੀਮੈਂਟ ਉੱਠਣ ਨੂੰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਦਾ ਜਨਮ ਸ਼ਤਾਬਦੀ ਨਹੀਂ ਹੋਣੀ, ਉਹ ਕਹਿੰਦੇ ਇਹ ਮਾਤਾ ਸਾਹਿਬ ਵੀਰੋ 27 ਦਸੰਬਰ 2018 ਨੂੰ ਇੰਨਾ ਸਕੂਨ ਮਿਲਿਆ ਮੈਨੂੰ, ਐਡਾ ਵੱਡਾ ਕੰਮ ਮੇਰੇ ਮੇਰੇ ਤੋਂ ਕਰਵਾ ਲਿਆ ਆਪਣੇ ਵੀਰੋ, 27 ਦਸੰਬਰ 2018 ਨੂੰ ਸੰਸਦ ਦੀ ਹਿਸਟਰੀ ਪਹਿਲੀ ਵਾਰ ਹੈ
ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹੁਣ ਰਿਕਾਰਡ ਤੇ ਚਲਾ ਗਿਆ, ਰਿਕਾਰਡ ਤੇ ਮਤਲਬ ਹੁਣ ਅਗਲੀ 27 ਦਸੰਬਰ ਨੂੰ ਸਾਰੀ ਜ਼ਿੰਦਗੀ ਤੱਕ ਬੜੀ ਦੀ ਦੁਨੀਆਂ ਤੱਕ ਕਦੇ ਵੀ 27 ਦਸੰਬਰ ਨੂੰ ਕਿਸੇ ਨੇ ਅਰਜੀ ਨਹੀਂ ਦੇਣੀ ਪੈਣੀ, ਰਿਕਾਰਡ ਤੇ ਚਲਾ ਗਿਆ। ਅੱਜ ਤੋਂ 200 ਸਾਲ ਹੋ ਗਈ ਜਦੋਂ 27 ਦਸੰਬਰ ਆਊ, ਜਿਹੜਾ ਵੀ ਸਪੀਕਰ ਹੋ ਆਉਣ ਸਾਰ ਸਭ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਤਿਆਰ ਕਰੇ। ਛੀਕਾਂ ਖਾਲਸਾ।